ਹਾਂਜੀ ਮਾਮਾ, ਸੰਤਾਲੀ ਇਹ ਕਿਹੜਾ ਹੈਗਾ ਦੋ ਬੀਲਾ? ਇਹ 10 ਹਾਰਸ ਪਾਵਰ ਹੈ। ਅੱਛਾ, ਲਿਸਟਰ ਵਾਜਦਾ ਹੈ, ਲਿਸਟਰ, ਪੁਰਾਣਾ ਲਿਸਟਰ। ਅੱਛਾ, ਅਤੇ ਇਹਨੂੰ 45 ਸਾਲ ਤਾਂ ਸਾਡੇ ਕੋਲ ਹੋ ਗਏ। ਅੱਛਾ, 45 ਸਾਲ ਹੋ ਗਏ ਇਹਨੂੰ? ਹੈ, ਹਾਂਜੀ। ਅੱਛਾ, 45 ਸਾਲ ਸਾਡੇ ਕੋਲ ਹੋ ਗਏ। ਇਹ ਅਸੀਂ ਕਿਸੇ ਦਾ ਤਰਖਾਨ ਵਾਲੇ ਪਿੰਡ ਦੇ ਵਿੱਚ ਉਹ ਰੱਖਿਆ ਪਿਆ ਸੀ। ਅੱਛਾ, ਜਿਹੜਾ ਮਲੋਟ ਕੋਲ ਆ? ਮਲੋਟ ਕੋਲ ਜੀ। ਅੱਛਾ, ਇਹ ਸਾਨੂੰ ਫਿਰ ਉੱਥੋਂ ਸਾਡੇ ਮਾਮਾ ਜੀ ਨੇ, ਗੁਰਦੇਵ ਸਿੰਘ ਨੇ ਦਵਾਇਆ। ਅੱਛਾ, ਅਸੀਂ ਲਿਆ 900 ਰੁਪਈਏ ਦਾ। ਅੱਛਾ, ਫਿਰ ਇਹਨੂੰ ਇਸ ਰਿਪੇਅਰ ਕੀਤੀ। ਅੱਛਾ, ਰਿਪੇਅਰ ਕਰਕੇ ਫਿਰ ਇਹਨੂੰ ਅਸੀਂ ਇੱਥੇ ਲਿਆਏ ਜੀ। ਇੱਥੇ ਲਿਆ ਕੇ ਹੁਣ ਸਾਡੇ ਕੋਲ 45 ਸਾਲ ਹੋ ਗਏ ਚੱਲਦੇ ਨੂੰ। ਅੱਛਾ, 45 ਸਾਲ ਹੋ ਗਏ। 45 ਸਾਲ ਹੋ ਗਏ ਜੀ। ਅੱਛਾ, ਅਤੇ ਇਹਦੇ 'ਚ ਹਾਰਸ ਪਾਵਰ ਬਹੁਤ ਹੈ, ਬੋਰ ਕਰਾਓ ਤਾਂ ਤਿਆਰ ਹੈ। ਅੱਛਾ, ਅਤੇ ਹੋਰ ਇਹਦੇ ਤਾਕਤ ਇਹਦੇ 'ਚ ਇੰਨੀ ਆ, ਆਸ਼ ਟਰੈਕਟਰ ਜਿੰਨੀ ਤਾਕਤ ਹੈ। ਅੱਛਾ, ਦੇਖੀ ਦੋ ਵੀਲਾ ਆ ਗਿਆ ਨੇ। ਦੋ ਵੀਲਾ ਜੀ, ਦੋ ਵੀਲਾ। ਅੱਛਾ, ਇੱਕ ਆਹ ਵੀਲ ਆ ਗਿਆ ਇਹਦਾ। ਹਾਂਜੀ, ਅਤੇ ਇੱਕ ਇੱਧਰ ਆ ਗਿਆ, ਹੈ ਨਾ। ਇਹ ਤਾਂ ਜੇ ਬਰਮੇ ਬੋਰ 'ਤੇ ਵੀ ਲਾ ਕੇ ਮੈਨੂੰ ਲੱਗਦਾ ਤਾਂ ਵੀ ਨਹੀਂ ਦਵਾ ਲਾਉਂਦਾ। ਬੋਰ 'ਤੇ ਵੀ ਚੱਲ ਜਾਂਦਾ ਹੈ, ਬਰਮੇ 'ਤੇ ਚੱਲ ਜਾਂਦਾ ਹੈ। ਅੱਛਾ, ਉੱਤੋਂ ਪਾਣੀ ਚੱਕਣਾ ਹੋਵੇ ਸਾਰਾ ਚੱਕ ਲੈਂਦਾ। ਅੱਛਾ, ਥੱਲਿਓਂ ਵੀ ਪਾਣੀ ਇਹ ਉੱਤੇ ਹੋਵੇ 15 ਫੁੱਟ 'ਤੇ ਹੋ ਜਾਂਦਾ ਤਾਂ ਵੀ ਚੱਕ ਲੈਂਦਾ। ਅੱਛਾ, ਆ ਤਾਂ ਜੇ ਲੀਰ ਜੀ ਵਾਲੀ ਹੈ ਤਾਂ ਇਹਦੀ ਸੇਫਟੀ ਵਾਸਤੇ ਪਾਣੀ ਪੂਣੀ ਨਾ ਪਵੇ ਇਹਦੇ। ਅੱਛਾ, ਤਾਂ ਕਰਕੇ ਵੱਲ ਠੀਕ ਹੈ। ਇਹਨਾਂ ਦਾ ਬਹੁਤ ਵਧੀਆ ਇਹ ਚੀਜ਼ ਆ ਪੁਰਾਣੀ। ਅੱਛਾ, ਇਹ ਮੱਲੇ ਕੇ ਮਗਾਲੇ ਤੋਂ ਆਇਆ ਸੀ ਪਿੱਛੋਂ। ਕਿਹੜੀ ਥਾਂ ਤੋਂ? ਸਰਸੇ ਕੋਲੋਂ, ਮੱਲੇ ਕੇ ਮਗਾਲਾ। ਅੱਛਾ, ਸਰਸੇ ਕੋਲੋਂ ਲਿਆਂਦਾ ਸੀ ਉਹਨਾਂ, ਉਹ ਉੱਥੋਂ ਫਿਰ ਅਸੀਂ ਲਿਆਂਦੇ। ਪਹਿਲਾਂ ਹਰਿਆਣੇ 'ਚ ਆਇਆ, ਹਰਿਆਣੇ 'ਚ, ਪੰਜਾਬ 'ਚ ਆਇਆ, ਫਿਰ ਰਾਜਸਥਾਨ 'ਚ ਆਇਆ। ਕਈ ਸਟੇਟਾਂ ਘੁੰਮ ਗਿਆ ਇਹ। ਪਰ ਜਿਹੜੀਆਂ ਕੰਮ ਦੀ ਚੀਜ਼ ਹੁੰਦੀ ਹੈ ਤਾਂ ਉਹ ਸਟੇਟਾਂ ਘੁੰਮਦੀ ਘੁੰਮਦੀ ਹੈ ਨਾ। ਹਾਂਜੀ, ਚਲੋ ਠੀਕ ਹੈ ਮਾਮਾ ਜੀ, ਜਾਣਕਾਰੀ ਦਿੱਤੀ ਬਹੁਤ ਵਧੀਆ।